ਹੁਣ ਆਪਾਂ ਕੱਪੜੇ ਵਗੈਰਾ ਸਾਰੇ ਇੱਥੇ ਰੱਖਦੇ ਆਂ ਅੱਜ ਅਸੀਂ ਆਏ ਵੀ ਲੇਟ ਥੋੜਾ ਆ ਨਾ ਵੀਰੇ ਹੁਣ ਚੱਲਦੇ ਆਂ ਯਾਰ ਬੀਚ ਤੋਂ ਥੋੜੀ ਦੇਰ ਬਾਅਦ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਠੀਕ ਠਾਕ ਸਾਰੇ ਸੋ ਟਾਈਮ ਹੋ ਗਿਆ ਜੀ ਦੁਪਹਿਰ ਦੇ ਡੇਢ ਵਜੇ ਖਸਰਾ ਕਰ ਲਿਆ ਹੋਇਆ ਜੀ ਅਤੇ ਅੱਜ ਸਿਟੀ ਦਾ ਵੈਦਰ ਇੰਨਾ ਕੁ ਜ਼ਿਆਦਾ ਸੋਹਣਾ ਹੋਇਆ ਅੱਜ ਬੀਚ ਵਾਲਾ ਵੈਦਰ ਹੋਇਆ ਜੀ ਵੈਲਕਮ ਬੈਕ ਟੂ ਚੈਨਲ ਗਾਇਸ ਐਵਰੀ ਵੈਡੋ ਸੋ ਜੋ ਬੋਂਡਾਈ ਬੀਚ ਗਏ ਸੀ ਅਤੇ ਸਾਰੀ ਤਿਆਰੀ ਕਰਕੇ ਗਏ ਸੀ ਸੋ ਇਹ ਲਿਫਾਫਾ ਐਜ਼ ਇਟ ਇਜ਼ ਵਾਪਸ ਆ ਗਿਆ ਹੈ ਕਿਉਂਕਿ ਇਹਦੇ ਸਾਰੇ ਬੀਚ ਦੇ ਕੱਪੜੇ ਸੀ ਉਸ ਦਿਨ ਤਾਂ ਬੀਚ ਵਾਲਾ ਮਾਹੌਲ ਨਹੀਂ ਹੈਗਾ ਜੀ ਪਰ ਅੱਜ ਵੈਦਰ ਇੰਨਾ ਕੁ ਜ਼ਿਆਦਾ ਸੋਹਣਾ ਤੁਸੀਂ ਦੇਖ ਸਕਦੇ ਹੋ ਨਾ ਹੀ ਜ਼ਿਆਦਾ ਹਵਾ ਚੱਲ ਰਹੀ ਆ ਅਤੇ ਧੁੱਪ ਵੀ ਚੜ੍ਹੀ ਹੋਈ ਆ ਬਾਕੀ ਤੁਸੀਂ ਜੁੜੇ ਰਹੋ ਦੇਖਦੇ ਰਹੋ ਵਲੌਗ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਵੈਸੇ ਵੀ ਤੁਸੀਂ ਸਾਰੇ ਵਲੌਗਸ ਨੂੰ ਕਾਫੀ ਜ਼ਿਆਦਾ ਪਿਆਰ ਦੇ ਰਹੇ ਹੋ ਸਪੋਰਟ ਕਰ ਰਹੇ ਹੋ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਜੀ 3-4 ਵਲੌਗ ਇਕੱਠੇ ਸੋ ਥੈਂਕ ਯੂ ਸੋ ਮੱਚ ਇੱਦਾਂ ਹੀ ਵਾਹਿਗੁਰੂ ਮਿਹਰ ਕਰੇ ਤਾਂ ਵਲੌਗਸ ਆਉਂਦੇ ਰਹਿਣਗੇ ਅਤੇ ਇੱਦਾਂ ਪਿਆਰ ਕਰਦੇ ਰਹੋ ਚਲੋ ਜੀ ਬੈਟਰੀ ਡਨ ਜਿਹੜਾ ਟ੍ਰਾਈਪੋਡ ਇਹ ਹੈਗਾ ਜੀ ਪਾਣੀ ਵਾਲਾ ਇਹ ਪਾਣੀ 'ਚ ਡੁੱਬਦਾ ਨਹੀਂ ਆ ਸੋ ਗੋਪਰੋ ਕਿਤੇ ਡੁੱਬੇਗਾ ਨਹੀਂ ਪਾਣੀ 'ਚ ਅਤੇ ਨਾਲ ਪਾਵਰ ਬੈਂਕ ਦੀ ਬਹੁਤ ਲੋੜ ਆ ਯਾਰ ਬੈਟਰੀ ਬੜੀ ਛੇਤੀ ਲੋਅ ਹੋ ਜਾਂਦੀ ਆ ਸੋ ਪਾਵਰ ਬੈਂਕ ਨਾਲ ਕੈਰੀ ਕਰਾਂਗੇ ਕੱਪੜੇ ਲੈ ਲੈਣੇ ਆ ਕੱਪੜੇ ਰੈਡੀ ਆ ਚੱਕੋ ਗੋਪਰੋ ਵਿੱਚ ਇਹ ਸਭ ਕੁਝ ਚੈੱਕ ਕਰ ਅਸੀਂ ਘਰੋਂ ਨਿਕਲ ਚੁੱਕੇ ਹਾਂ ਜੀ ਕਰਨੌਲਾ ਬੀਚ ਵੱਲ ਨੂੰ ਪਹਿਲਾਂ ਆਪਾਂ ਜਾ ਰਹੇ ਜੀ ਨੌਰਥ ਕਰਨੌਲਾ ਬੀਚ ਤੇ ਇੱਥੇ ਆਸਟ੍ਰੇਲੀਆ ਦੇ ਵਿੱਚ ਤੁਸੀਂ ਲਾ ਲਓ ਕਿ ਟੋਟਲ 10,000 ਬੀਚ ਹੈ ਜੇ ਆਪਾਂ ਇੱਕ ਦਿਨ ਵੀ ਇੱਕ ਬੀਚ ਐਕਸਪਲੋਰ ਕਰਦੇ ਹਾਂ ਤਾਂ ਸਾਨੂੰ 20 ਸਾਲ ਲੱਗ ਜਾਣਗੇ ਮਤਲਬ ਕਿ ਇਹ ਸਾਰੀ ਕੰਟਰੀ ਬੀਚਸ ਨਾਲ ਭਰੀ ਹੋਈ ਆ ਕਰਨੌਲਾ ਬੀਚ ਜਾਣ ਤੋਂ ਪਹਿਲਾਂ ਤੁਹਾਨੂੰ ਮੈਂ ਇੱਥੇ ਦਾ ਇੱਕ ਓਲਡ ਸੁਬਰਬ ਦਿਖਾਊਂਗਾ ਗ੍ਰੀਨ ਹਿਲਸ ਬੀਚ ਓਕੇ ਬਹੁਤ ਹੀ ਜ਼ਬਰਦਸਤ ਆ ਸੋ ਗਾਇਸ ਅਸੀਂ ਪਹੁੰਚ ਚੁੱਕੇ ਜੀ ਗ੍ਰੀਨ ਹਿਲਸ ਬੀਚ ਸੁਬਬ ਪਹਿਲਾ ਘਰ ਇੱਥੋਂ ਸਟਾਰਟ ਹੋ ਰਿਹਾ ਹੈ ਸੁਬਬ ਦਾ ਇੱਥੇ ਘਰ ਬਹੁਤ ਜ਼ਿਆਦਾ ਸੋਹਣੇ ਸੋਹਣੇ ਬਣੇ ਹੋਏ ਆ ਹਾਂਜੀ ਇਹ ਸੁਬਬ ਇੱਥੇ ਦਾ ਨਵਾਂ ਸੁਬਬ ਬਣਿਆ 7 ਸਾਲ ਪਹਿਲਾਂ ਇਸ ਟਾਈਮ ਇਹਨਾਂ ਘਰਾਂ ਦੀ ਵੈਲਿਊ ਬਹੁਤ ਹੋ ਗਈ ਕਿਉਂਕਿ ਬੀਚ ਤੇ ਮਿਲੀਅਨਸ ਹੋ ਗਈ ਉਹ ਘਰ ਵਧੀਆ ਕੋਠੀਆਂ ਟਾਈਪ ਬਣੇ ਘਰ ਇੱਥੇ ਯਾਰ ਘਰ ਬਹੁਤ ਸੋਹਣੇ ਸੋਹਣੇ ਬਣੇ ਜਿਹੜੇ ਬੀਚ ਦੇ ਲਾਗੇ ਲਾਗੇ ਬਣੇ ਨਾ ਮੈਂਸ਼ਨਸ ਇੰਨੇ ਸੋਹਣੇ ਸੋਹਣੇ ਤੇ ਇਹਨਾਂ ਦੀ ਅਮਾਊਂਟ ਮਿਲੀਅਨਸ ਚ ਇੱਕ ਦਿਨ ਅਸੀਂ ਵੀ ਇੱਥੇ ਕਿਤੇ ਕਰ ਲਵਾਂਗੇ ਇੱਦਾਂ ਮਿਹਨਤ ਕਰਦੇ ਰਵਾਂਗੇ ਜੇ ਵਾਹਿਗੁਰੂ ਨੇ ਮਿਹਨਤ ਨੂੰ ਭਾਗ ਲਾਏ ਤਾਂ ਜ਼ਰੂਰ ਸੋਚ ਵੱਡੀ ਰੱਖੋ ਆਪਣੀ ਸਭ ਕੁਛ ਤਾਂ ਹੀ ਮਿਲੂਗਾ ਤੁਹਾਨੂੰ ਰੱਬ ਤਾਂ ਹੀ ਦਊਗਾ ਜੇ ਤੁਸੀਂ ਰੱਬ ਕੋਲੋਂ ਮੰਗੋਗੇ ਆਪਣੀ ਮਿਹਨਤ ਕਰਦੇ ਰਹੋਗੇ ਤੁਹਾਡੀ ਸੋਚ ਵੱਡੀ ਹੈ ਨਾ ਤਾਂ ਹੀ ਤੁਸੀਂ ਵੱਡੇ ਬਣੋਗੇ ਇਹ ਤੁਹਾਨੂੰ ਡਰਾਈਵ ਟੂਰ ਦਵਾਂਗੇ ਇੱਥੋਂ ਦਾ ਕਾਫੀ ਵਧੀਆ ਘਰ ਨੇ ਜਿੱਦਾਂ ਕਿ ਤੁਸੀਂ ਆਹ ਘਰ ਦੇਖ ਸਕਦੇ ਆ ਕਾਫੀ ਵੱਡੀ ਲੈਨ ਚ ਬਣਿਆ ਇੱਥੋਂ ਸਟਾਰਟਿੰਗ ਹੈ ਉਧਰੋਂ ਟ੍ਰਿਪਲ ਸਟੋਰੀ ਘਰ ਆ ਇਹ ਤੇ ਇਹਦੀ ਵੈਲਿਊ ਅਰਾਊਂਡ 6-7 ਮਿਲੀਅਨ ਈਜ਼ੀਲੀ ਰਫਲੀ ਹੋਊਗੀ ਇੰਡੀਆ ਦੇ ਜੇ ਆਪਾਂ ਇੰਡੀਆ ਨਾਲ ਕੰਪੈਰੀਜ਼ਨ ਕਰੀਏ ਤਾਂ 40 ਕਰੋੜ ਦਾ ਘਰ ਹੈ ਇਹ 40 ਕਰੋੜ ਦਾ ਘਰ ਈਜ਼ੀਲੀ ਹਾਂਜੀ ਇੰਡੀਆ ਦੇ ਹਿਸਾਬ ਨਾਲ ਕਿਉਂਕਿ ਕੰਪੈਰੀਜ਼ਨ ਤਾਂ ਵੈਸੇ ਮੈਂ ਕਰਦਾ ਨਹੀਂ ਪਰ ਕੁਐਸਚਨ ਹੁੰਦਾ ਨਾ ਕਿ ਚਲੋ ਦੱਸੋ ਇੰਡੀਆ ਦੇ ਹਿਸਾਬ ਨਾਲ ਕਿੰਨੇ ਦਾ ਹੋਇਆ ਸੋ ਇੰਡੀਆ ਦੇ ਹਿਸਾਬ ਨਾਲ 30 40 ਕਰੋੜ ਦਾ ਥੋੜੇ ਡਿਫਰੈਂਟ ਟਾਈਪ ਜਿਦਾ ਆਪਣੇ ਪਿੰਡਾਂ 'ਚ ਕੋਠੀਆਂ ਨਹੀਂ ਬਣਦੀਆਂ ਲਾਈਕ ਸ਼ਹਿਰਾਂ 'ਚ ਕੋਠੀਆਂ ਤੁਸੀਂ ਸ਼ਹਿਰ ਤੋਂ ਵੀਰੇ ਉਦਾਂ ਇਹਨਾਂ ਨੇ ਡਿਫਰੈਂਟ ਟਾਈਪ ਦੇ ਬਣਾਏ ਆ ਗੋਡਾ ਸੋ ਗਾਇਸ ਪਹੁੰਚ ਚੁੱਕੇ ਜੀ ਆਪਾਂ ਨੌਰਥ ਕਰਨੌਲਾ ਬੀਚ ਤੇ ਬਾਹਰ ਜਾਣ ਤੋਂ ਪਹਿਲਾਂ ਆਪਾਂ ਲਾਵਾਂਗੇ ਜੀ ਸਨਸਕ੍ਰੀਨ SPF 50 ਪਲੱਸ ਤੇ ਨਾਲ ਮੈਂ ਅੰਡਾ ਵੀ ਲੈ ਕੇ ਆਇਆ ਹਾਂ ਆਸਟ੍ਰੇਲੀਆ ਦੇ ਵਿੱਚ ਓਜ਼ੋਨ ਲੇਅਰ ਹੈ ਨਹੀਂ ਤਾਂ ਕਰਕੇ ਸਕਿਨ ਪ੍ਰੋਟੈਕਟ ਕਰਨੀ ਬਹੁਤ ਸਕਿਨ ਜਲਦੀ ਡੈਮੇਜ ਹੋ ਨਾਲੇ ਨਾਲ ਅੱਜ ਤੋਂ ਬਹੁਤ ਤੇਜ਼ ਆ ਸੋ ਐਨਕਾਂ ਵੀ ਲਾ ਕੇ ਜਾਵਾਂਗੇ ਮੈਂ ਤਾਂ ਐਨਕਾਂ ਵੀ ਲੈ ਕੇ ਆਇਆ ਕਾਲੀਆਂ ਇੱਥੇ ਵੀ ਆਈਆਂ ਐਨਕਾਂ ਆਹ ਦੇਖੋ ਮੇਰੀਆਂ $2 ਵਾਲੀਆਂ ਐਨਕਾਂ ਇੱਥੇ ਪਈਆਂ ਅਜੀ ਐਕਸਪ੍ਰੈਸ ਗਿਆ ਸੱਚੀ ਚਲੋ ਐਨਕਾਂ ਤਾਂ ਐਨਕਾਂ ਹੀ ਆ ਹੁਣ ਥੋੜੀ ਕਰੀਮ ਲਾ ਲੈਤੀ ਜਾਵੇ ਸਨਸਕ੍ਰੀਨ ਤੇ ਉੱਥੇ ਬੀਚ ਤੇ ਜਾ ਕੇ ਫਿਰ ਆਪਾਂ ਜਦੋਂ ਪਾਣੀ ਦੇ ਵਿੱਚ ਜਾਵਾਂਗੇ ਫਿਰ ਆਪਾਂ ਕੈਪ ਵੇਅਰ ਕਰ ਲਾਂਗੇ ਲਓ ਭਾਜੀ ਲਓ ਸਾਨੂੰ ਲਾ ਲਈ ਤੁਸੀਂ ਲਓ ਮੈਂ ਫਿਰ ਲਾਉਣਾ ਫੇਸ ਤੇ ਲਾਈ ਜਾਣਾ ਲਈ ਜਾਂਦੇ ਲਓ ਲਓ
ਇਹ ਜ਼ਰੂਰੀ ਹੈ ਯਾਰ ਇੱਥੇ ਇੱਥੇ ਕਿਉਂਕਿ ਓਜ਼ੋਨ ਲੇਅਰ ਨਾ ਹੋਣ ਕਰਕੇ ਸਕਿਨ ਬਹੁਤ ਛੇਤੀ ਖਰਾਬ ਹੋ ਜਾਂਦੀ ਹੈ ਯਾਰ ਇਹਦਾ ਬਸ ਥੱਪ ਲੈਣੀ ਪੂਰੀ ਤੇ ਗਾਇਸ ਬੀਚ ਦੀ ਆਪਾਂ ਤਿਆਰੀ ਖਿੱਚ ਲਈ ਕੱਪੜੇ ਕੁਪੜੇ ਆਪਾਂ ਗੱਡੀ 'ਚ ਲਾ ਲਏ ਹੋਏ ਆ ਤੇ ਹਾਂ ਆਹ ਕੈਫ ਵੀ ਰੱਖ ਲਓ ਯਾਰ ਆਪਾਂ ਸਮਾਨ ਰੱਖ ਲਈਏ ਤੇ ਗੋਪਰੋ ਵੀ ਇੱਧਰ ਆਪਣਾ ਮਾਊਂਟ ਹੋ ਚੁੱਕਿਆ ਜੀ ਆ ਟ੍ਰਾਈਪੋਡ ਤੇ ਇਹ ਵਾਟਰ ਵਾਲਾ ਟ੍ਰਾਈਪੋਡ ਆ ਇਹ ਡੁੱਬਦਾ ਨਹੀਂ ਇੰਨਾ ਬਾਈ ਚਾਂਸ ਜੇ ਤਾਂ ਛੁੱਟ ਵੀ ਜਾਣਾ ਗੋਪਰੋ ਇਹ ਡੁੱਬੂਗਾ ਨਹੀਂ ਉੱਪਰ ਹੀ ਰਹੂਗਾ ਤੈਰੂਗਾ ਵਧੀਆ ਜੀ ਆ ਚਲੋ ਚਲੋ ਆਸਟ੍ਰੇਲੀਆ ਧੁੱਪ ਇੰਨੀ ਕੁ ਜ਼ਿਆਦਾ ਤੇਜ਼ ਆ ਇੱਥੇ ਓਜ਼ੋਨ ਲੇਅਰ ਨਹੀਂ ਹੈਗੀ ਯਾਰ ਜੇ ਮੈਂ ਡਾਇਰੈਕਟ 2-3 ਸਕਿੰਟ ਲਈ ਵੀ ਧੁੱਪ ਵੱਲ ਦੇਖਣਾ ਤੇ 5-6 ਸਕਿੰਟ ਲਈ ਇੱਕਦਮ ਮੈਂ ਬਲਾਈਂਡ ਹੋ ਜਾਂਦਾ ਬੰਦਾ ਥੋੜ੍ਹੇ ਤੁਹਾਨੂੰ ਅਸੀਂ ਇਸ ਲੋਕ 'ਚ ਨੰਗੇ ਪੁੰਗੇ ਦਿਖਾਂਗੇ ਯਾਰ ਸੜ ਗਏ ਭੱਜ ਗਿਆ ਉਹ ਫਿਰ ਮੈਂ ਤਾਂ ਵੀਰ ਨੂੰ ਕਿਹਾ ਸੀ ਮੇਰੀ ਵਾਲੇ ਚੱਪਲਾਂ ਪਾਓ ਮੇਰਾ ਮੰਨਿਆ ਨਹੀਂ ਚੱਪਲਾਂ ਤਾਂ ਮੈਂ ਭੁੱਲ ਗਿਆ ਘਰ ਹੀ ਭੁੱਲ ਗਿਆ ਚੱਪਲਾਂ ਓਏ ਬਹੁਤ ਗਰਮ ਹੋਈ ਹੈ ਯਾਰ ਸੜਕ ਥੋੜ੍ਹੇ ਜਿਹੇ ਪੈਰ ਤੁਸੀਂ ਵੰਡ ਕੇ ਪੈਰ ਸੜਨਗੇ ਮਾਹੌਲ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ ਪੂਰਾ ਬੀਚ ਭਰਿਆ ਹੋਇਆ ਵਾ ਆਪਾਂ ਉਹ ਤਰ੍ਹਾਂ ਜਾਵਾਂਗੇ ਇੱਥੇ ਹਰ ਬੀਚ 'ਤੇ ਇੱਦਾਂ ਲਾਈਫ ਗਾਰਡ ਹੁੰਦੇ ਆ ਸੋ ਜੇ ਕੋਈ ਬਾਈ ਚਾਂਸ ਡੁੱਬ ਰਿਹਾ ਵਾ ਤਾਂ ਇਹ ਜਾ ਕੇ ਰੈਸਕਿਊ ਵਗੈਰਾ ਕਰਦੇ ਆ ਸੋ ਆਹ ਚੀਜ਼ ਵਧੀਆ ਲੱਗੀ ਯਾਰ ਚੀਜ਼ ਮੈਨੂੰ ਵੀ ਬਹੁਤ ਵਧੀਆ ਲੱਗਦੀ ਹੈ ਇਹਨਾਂ ਦੀ ਯਾਰ ਦੇਖੋ ਕਈਆਂ ਨੂੰ ਸਵਿਮਿੰਗ ਨਹੀਂ ਆਉਂਦੀ ਬਟ ਇਹਨਾਂ ਨੂੰ ਪਤਾ ਪੰਗੇ ਲੈਂਦੇ ਆ ਪੰਗੇ ਲੈਂਦੇ ਆ ਲੋਕ ਆ ਕੇ ਤੇ ਉਹਨਾਂ ਨੂੰ ਬਚਾਉਂਦੇ ਆ ਤੇ ਵੀਰੇ ਤੁਸੀਂ ਹੁਣ ਬਾਰੋ ਬਾਰੀ ਪਾਓ ਕੋਈ ਚੱਕਰ ਨਹੀਂ ਪਾ ਲਓ ਪਾ ਲਓ ਠੀਕ ਆ ਕੋਈ ਨਹੀਂ ਪਾ ਲਓ ਜ਼ਿਆਦਾ ਬਿਜ਼ੀ ਨਹੀਂ ਆ ਪਰ ਫਿਰ ਵੀ ਕਾਫੀ ਲੋਕ ਹੈਗੇ ਆ ਵਧੀਆ ਵਾ ਰੌਣਕਾਂ ਸ਼ੌਣਕਾਂ ਲੱਗੀਆਂ ਨੇ ਬੀਚ ਤੇ ਆਪਾਂ ਚੱਲਦੇ ਆ ਉੱਥੇ ਅੰਦਰ ਚਲੋ ਆਪਾਂ ਉੱਥੇ ਤੱਕ ਜਾਵਾਂਗੇ ਹੁਣ ਆਪਾਂ ਕੱਪੜੇ ਵਗੈਰਾ ਸਾਰੇ ਇੱਥੇ ਰੱਖਦੇ ਆ ਗੱਲਾਂ ਬਾਤਾਂ ਬਹੁਤ ਹੋ ਗਈਆਂ ਹੁਣ ਕਰਦੇ ਜੀ ਗੋਪਰੋ ਆਉਣ ਤੇ ਚੱਲਦੇ ਆ ਪਾਣੀ ਦੇ ਅੰਦਰ ਕਿਉਂਕਿ ਹੁਣ ਰਿਹਾ ਨਹੀਂ ਜਾ ਰਿਹਾ ਆਪਾਂ ਜਾਵਾਂਗੇ ਬਿਲਕੁਲ ਉਸ ਦਾ ਗੋਪਰੋ ਆਉਣ ਕਰਦੇ ਆ ਗੱਲ ਅੱਜ ਨਾ ਜਿਹੜੀ ਅੱਜ ਹਵਾ ਆ ਉਹ ਠੰਡੀ ਨਹੀਂ ਆ ਇੰਨਾ ਮਤਲਬ ਇੰਨੀ ਜ਼ਿਆਦਾ ਧੁੱਪ ਵੀ ਨਹੀਂ ਆ ਤੇ ਇੰਨੀ ਜ਼ਿਆਦਾ ਹਵਾ ਵੀ ਨਹੀਂ ਆ ਅੱਜ ਮਾਹੌਲ ਪੂਰਾ ਨਹਾਉਣ ਧੋਣ ਵਾਲਾ ਬੀਚ ਤੇ ਤੁਸੀਂ ਮਾਹੌਲ ਚੱਲ ਦੇਖ ਸਕਦੇ ਹੋ ਸਨਸਕ੍ਰੀਨ ਲਾਈਏ ਸਨਸਕ੍ਰੀਨ ਲਾ ਲਈਏ ਲਿਆਓ ਆਪਾਂ ਟਰਨ ਬਾਈ ਟਰਨ ਸਨਸਕ੍ਰੀਨ ਲਾਉਣੇ ਪਹਿਲਾਂ ਵੀਰੇ ਤੁਸੀਂ ਲਾਓ ਬਸ ਬਸ ਇਹ ਲਾ ਲਈ ਆਪਾਂ ਪੂਰੀ ਮਲ ਲਈਏ ਕਿਉਂਕਿ ਐਵੇਂ ਬੋਡੀ ਟੈਨ ਨਹੀਂ ਕਰਨੀ ਕਰੀਮ ਤਾਂ ਆਪਾਂ ਨਵੀਂ ਲੈ ਆਵਾਂਗੇ ਕੋਈ ਨਹੀਂ ਵਿਟਾਮਿਨ ਡੀ ਤੁਹਾਡੇ 'ਚ ਵਧੂਗਾ ਘਟੂਗਾ ਨਹੀਂ ਜਿਹੜਾ ਬੰਦਾ ਪੀ ਆਰ ਆ ਜਾਂ ਸਿਟੀਜ਼ਨ ਆ ਉਹ ਓਜ਼ੀ ਆ ਜਿਵੇਂ ਗਗਨ ਵੀਰਾ ਹਾਲੇ ਓਜ਼ੀ ਆ ਮੈਂ ਓਜ਼ੀ ਨਹੀਂ ਆ ਸੋ ਕੀ ਕੀਤਾ ਜਾਵੇ ਓਜ਼ੀ ਹੋ ਜਾਈਏ ਵੀਰੇ ਨੂੰ ਮੈਂ ਫਰੈਸ਼ੀ ਤੋਂ ਓਜ਼ੀ ਤੇ ਲੈ ਆਉਣਾ ਯੱਪ ਚਲੋ ਹੁਣ ਚੱਲਦੇ ਗੋਪਰੋ ਆਨ ਕਰਦੇ ਆ ਬਹੁਤ ਗੱਲਾਂ ਹੋ ਗਈਆਂ ਵਾ ਇਹ ਚੀਜ਼ਾਂ ਜ਼ਰੂਰੀ ਨੇ ਇੱਥੇ ਯਾਰ ਚਲੋ ਭੱਜ ਕੇ 1-2-3 ਪਾਣੀ ਬੜਾ ਸੋਲਟੀ ਆ ਯਾਰ ਹੈਨਾ ਦੇਖੋ ਜੀ ਦੇਖੋ ਜੀ ਯਾਰ ਇੱਥੇ ਦਾ ਪਾਣੀ ਬਹੁਤ ਜ਼ਿਆਦਾ ਸੋਲਟੀ ਆ ਯਾਰ ਇੱਧਰ ਜ਼ਿਆਦਾ ਗਹਿਰਾਈ ਨਹੀਂ ਹੈਗੀ ਅਸੀਂ ਦੇ ਸਕਦੇ ਹੋ ਹੁਣ ਆਪਾਂ ਚੱਲਦੇ ਹਾਂ ਅਗਲੀ ਸਾਈਡ ਉਹ ਜੈਟੀ ਵੀ ਲੈ ਰਹੇ ਆ ਉੱਧਰ ਜਾ ਸਕਦੇ ਆ ਉਹ ਉਹਨਾਂ ਦੀ ਆਪਣੀ ਹੋਣੀ ਨਾ ਪ੍ਰਾਈਵੇਟ ਨਹੀਂ ਉਹ ਕੋਲ ਸੀ ਕਿਵੇਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਮੈਨੂੰ ਪੁੱਛੋ ਇੱਧਰ ਤਾਂ ਇੱਧਰ ਨੂੰ ਆ ਮੈਂ ਹੱਥ ਪਾਇਆ ਸੀ ਯਾਰ ਆਪਾਂ ਗੋਪਰੋ ਨੂੰ ਪਾਣੀ ਦੇ ਵਿੱਚ ਖੜਦੇ ਆ ਚਲੋ ਤੁਸੀਂ ਮਰ ਚੁੱਕੇ ਹੋ ਗੋਪਰੋ ਨੂੰ ਚਲੋ 1-2-3 ਚਲੋ ਯਾਰ ਮੈਂ ਇੱਦਾਂ ਕਰਦਾ ਵਾਂ ਮੈਂ ਪਰਨਾ ਲਾ ਕੇ ਆਉਂਦਾ ਵਾਂ ਫਿਰ ਆਪਾਂ ਅੱਗੇ ਚੱਲਦੇ ਹਾਂ ਤੇ ਹੁਣ ਗਾਈਜ਼ ਆਪਾਂ ਸਵਿਮਿੰਗ ਕੈਪ ਪਾ ਲਈ ਹੋਈ ਆ ਤੇ ਨਾਲ ਹੀ ਮੈਂ ਚੱਲਦੇ ਆ ਨਾਲ ਹੀ ਮੈਂ ਸਵਿਮਿੰਗ ਉਹ ਪਾ ਲਈ ਆ ਐਨਕ ਤੇ ਹੁਣ ਚੱਲਦੇ ਆਪਾਂ ਬੀਚ ਦੇ ਅੰਦਰ ਤੇ ਥੋੜਾ ਨਹਾਉਂਦੇ ਆ ਹੁਣ ਚੱਲਦੇ ਜੀ ਪਾਣੀ ਦੇ ਅੰਦਰ ਆ ਜਾਓ
ਉਧਰ ਅੱਗੇ ਵੇਵਸ ਕਾਫੀ ਉੱਚੀਆਂ ਨੇ ਸੋ ਉਧਰ ਚੱਲਦੇ ਆ ਓ ਕ੍ਰੇਜ਼ੀ ਸੀ ਨਾ ਯਾਰ ਆ ਦੇਖਿਓ ਵੇਵ ਨੂੰ ਕ੍ਰੋਸ ਪਰ ਕਿੱਦਾਂ ਕਰਨਾ ਦੇਖਿਓ ਹੁਣ ਵੇਵ ਆਈ ਆ ਵੇਵ ਨੂੰ ਕ੍ਰੋਸ ਇਦਾਂ 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 ਜੰਪ ਮਾਰ ਕੇ ਸਿਰਫ ਜੰਪ ਮਾਰਨਾ ਇੱਕ ਵੇਵ 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 ਕਦੀ ਕਦੀ ਫੇਲ ਵੀ ਹੋ ਜਾਂਦਾ ਵਾ ਓਏ ਗੋ ਡੁੱਬ ਗਿਆ ਮੈਂ ਡੁੱਬ ਗਿਆ ਵੇਵ ਵੇਵ ਲੈਟਸ ਗੋ ਓ ਮਾਈ ਗੋਡ GoPro ਨਾਲ ਸ਼ੂਟ ਕਰਨ ਦਾ ਸਵਾਦ ਪੂਰਾ ਆ ਰਿਹਾ ਓ ਵੇਵ ਵੇਵ ਹੋਪ ਕਰ ਰਹੇ ਤੁਹਾਨੂੰ ਵਲੌਗ ਦੇਖ ਕੇ ਮਜ਼ਾ ਆ ਰਿਹਾ ਇੱਕ ਵਾਰ ਆਹੀ ਵੇਵ ਯੇ ਓਹੋ ਆ ਕ੍ਰੇਜ਼ੀ ओ भाई मेरे देखो गाइस मेरे कंधे ओ माय गॉड देखो वेव तो नाल ही लपेट के ले जांदी है भाई वेट वेट करो मेरे कन्ना दे विच फॉल्ट चल गया चलो 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 ए ओए सवाल आ गया भाई बहुत नजारा आ रहा है क्रेजी सीन चल रहा है क्रेजी सीन फॉल्ट पे मेरे थोड़ा थोड़ा पता अंदर जा रहे हैं मुझे आ रहे हैं यार आ जाओ गंदा यार हम आपा GoPro रख के आइए थोड़ा एंजॉय करते हैं गाइस थोड़ी देर तक आपको मिलते हैं हम चलते हैं यार बीच तो थोड़ी देर बाहर GoPro बाहर रख लेते हैं तो फिर आते हैं यार मेरे कान पीड़ो लग पी सो गाइस पानी तो बाहर आ चुके हैं जी यार ਜਿਹੜੀਆਂ ਵੇਵਸ ਸੀ ਇੰਨੀਆਂ ਜ਼ਿਆਦਾ ਤੇਜ਼ ਸੀ ਕੰਨਾਂ 'ਚ ਪਾਣੀ ਚਲ ਗਿਆ ਅਤੇ ਹੁਣ ਆਪਾਂ ਹੁਣ ਬੋਡੀ ਟੈਨ ਕਰ ਰਹੇ ਹਾਂ ਥੋੜ੍ਹੀ ਦੇਰ ਥੋੜ੍ਹਾ ਜਿਹਾ ਆਪਾਂ ਟੈਨ ਕਰੀਏ ਧੁੱਪ ਸੇਕ ਰਹੇ ਹਾਂ ਅਤੇ ਸਵਾਦ ਬਹੁਤ ਜ਼ਿਆਦਾ ਆ ਰਿਹਾ ਜੇ ਤੁਹਾਨੂੰ ਵਲੌਗ ਵਧੀਆ ਲੱਗਿਆ ਨਾ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਸੜੋ ਪਿੰਡ ਵਾਲਿਓ ਜਸਟ ਕਿਡਿੰਗ ਯਾਰ ਹੁਣ ਅਸੀਂ ਧੁੱਪ ਸੇਕ ਰਹੇ ਹਾਂ ਅਤੇ ਅੱਧਾ ਘੰਟਾ ਧੁੱਪ ਸੇਕ ਕੇ ਅਤੇ ਫਿਰ ਜਾਂਦੇ ਹਾਂ ਪਾਣੀ ਦੇ ਵਿੱਚ ਇੱਥੇ ਯਾਰ ਦੇਖੋ ਛੋਟੇ ਛੋਟੇ ਬੱਚੇ ਆ ਕਿੱਦਾਂ ਚਿੱਲ ਕਰ ਰਹੇ ਆ ਇੱਥੇ ਲੋਕ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਵੀ ਬੀਚ 'ਤੇ ਲੈ ਕੇ ਆਉਂਦੇ ਆ ਇੱਥੇ ਸਾਹਮਣੇ 1 ਸਾਲ ਦਾ ਬੱਚਾ ਹੋਊਗਾ ਉਹਨੂੰ ਬੀਚ 'ਚ ਨਵਾਉਣ ਵਾਸਤੇ ਲੈ ਕੇ ਆਏ ਆ ਉੱਥੇ ਸਾਹਮਣੇ ਦੇਖ ਸਕਦੇ ਹੋ ਉਹ ਛੋਟੇ ਜਿਹੇ ਬੱਚੇ ਨੂੰ ਆਪਣੀ ਮੰਮੀ ਕੋਲੋਂ ਝਿੜਕਾ ਪੈ ਜਾਂਦੀਆਂ ਇੰਜੋਏ ਕਰ ਰਹੇ ਆ ਧੁੱਪ ਸੇਕ ਰਿਹਾ ਵੀਰੇ ਕਿਵੇਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਮੈਨੂੰ ਪੁੱਛੋ ਨਹੀਂ ਸੱਚੀ ਬਹੁਤ ਉਦਾਂ ਵੀ ਬਹੁਤ ਵਧੀਆ ਲੱਗ ਰਿਹਾ ਦੇਖੋ ਬੀਚ ਦੇ ਰਿਲੈਕਸ ਕਰਨ ਦਾ ਸਵਾਦ ਹੀ ਵੱਖਰਾ ਹੈ ਯਾਰ ਅੰਮ੍ਰਿਤਸਰ ਵਾਲੇ ਦੇਖੋ ਅੰਮ੍ਰਿਤਸਰ ਵਾਲੇ ਸਾਡੇ ਨਾਲ ਮਜ਼ਾਕ ਕਰ ਰਹੇ ਆ ਤੇ ਸੜੋ ਵੀ ਰਾਮਗੜੀਏ ਦੇ ਜਿੰਨੇ ਵੀ ਯਾਰ ਦੱਸਦਾ ਸੜੋ 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 ਅੰਮ੍ਰਿਤਸਰ ਵਾਲੇ ਸੜੋ ਮੈਂ ਆਪਣੇ ਯਾਰਾਂ ਨੂੰ ਕਹਿ ਰਿਹਾ ਵਾ ब्राउन सैंड इतने वाइट सैंड बीच भी है उत्थे भी आप जावांगे आ देखिए एक छोटा जिहा बच्चा रेत नाल खेडन का अलग ही स्वाद है यार ਜਿੱਥੇ ਆਪਾਂ ਸਾਰੇ ਆਪਣੇ ਕੱਪੜੇ ਵਗੈਰਾ ਰੱਖੇ ਸੀ ਯਾਰ ਉੱਥੋਂ ਤੱਕ ਸਾਰਾ ਪਾਣੀ ਆ ਗਿਆ ਅਤੇ ਸਾਡੇ ਟਾਵਲ ਦਾ ਦੇਖੋ ਕੀ ਹਾਲ ਹੋ ਗਿਆ ਦੇਖਿਓ ਹੁਣ ਇੱਕ ਇੱਕ ਪਾ ਲੈਂਦੇ ਹਾਂ ਚਲੋ ਅਤੇ ਹੁਣ ਆਪਾਂ ਸਾਫ਼ ਪਾਣੀ ਵੱਲ ਨਹਾਉਣ ਚੱਲੇ ਹਾਂ ਉਹ ਸ਼ਾਵਰ ਉੱਧਰਲੀ ਸਾਈਡ ਆ ਹਰ ਬੀਚ 'ਤੇ ਇਹਨਾਂ ਨੇ ਸ਼ਾਵਰ ਬਣਾਇਆ ਆ ਅਤੇ ਬੀਚ ਦਾ ਮਾਹੌਲ ਚੱਲਦੀ ਦੇਖ ਸਕਦੇ ਹੁਣ ਸ਼ਾਮਾਂ ਪੈਣ ਲੱਗ ਪਈਆਂ ਲੋਕ ਘੱਟ ਲੱਗ ਪਏ ਆ ਅੱਜ ਅਸੀਂ ਆਏ ਵੀ ਲੇਟ ਥੋੜ੍ਹਾ ਆ ਨਾ ਵੀਰੇ ਅੱਜ ਅਸੀਂ ਆਏ ਹਾਂ 5:30 5:30 ਹਾਂਜੀ
ਸਵਾਦ ਪੂਰਾ ਆਇਆ ਸਵਾਦ ਆਇਆ ਪਰ ਆਹ ਦੇਖੋ ਆਹ ਕੀ ਹਾਲ ਹੋਇਆ ਜਿੱਥੇ ਆਪਾਂ ਬੈਠੇ ਸੀ ਉੱਥੋਂ ਕਾਫੀ ਅੱਗੇ ਤੱਕ ਪਾਣੀ ਆਇਆ ਸੋ ਤਾਂ ਕਰਕੇ ਕਿਆ ਦੇਖਿਓ ਪਰ ਮਜ਼ਾ ਪੂਰਾ ਆਇਆ ਯਾਰ ਆਜੋ ਆਜੋ ਇੱਥੇ ਚੱਲਦੇ ਹਾਂ ਉਧਰ ਪਬਲਿਕ ਟੋਇਲਟਸ ਵੀ ਬਣੀਆਂ ਹੋਈਆਂ ਨੇ ਉਹ ਦੇਖੋ ਤੇ ਇੱਧਰ ਸ਼ਾਵਰ ਲੱਗੇ ਹੋਏ ਨੇ ਜਿਹੜਾ ਬੀਚ ਦਾ ਪਾਣੀ ਹੁੰਦਾ ਯਾਰ ਬਹੁਤ ਹੀ ਜ਼ਿਆਦਾ ਸੋਲਟੀ ਹੁੰਦਾ ਵਾ ਹੁਣ ਆਪਾਂ ਸ਼ਾਵਰ ਲੈਂਦੇ ਹਾਂ ਅਤੇ ਫਿਰ ਨਿਕਲਦੇ ਹਾਂ ਕੁਛ ਖਾ ਪੀ ਲੈਂਦੇ ਹਾਂ ਕਿਉਂਕਿ ਯਾਰ ਪਾਣੀ 'ਚ ਨਹਾ ਕੇ ਭੁੱਖ ਲੱਗ ਪੈਂਦੀ ਆ ਬਹੁਤ ਜ਼ਿਆਦਾ ਹੁਣ ਸਾਫ਼ ਪਾਣੀ ਨਾਲ ਸ਼ਾਵਰ ਲੈਂਦੇ ਹਾਂ ਅਤੇ ਫਿਰ ਅੱਗੇ ਨਿਕਲਦੇ ਹਾਂ ਬਾਕੀ ਮਜ਼ਾ ਪੂਰਾ ਆਇਆ ਯਾਰ ਅਤੇ ਹੋਪ ਕਰਦੇ ਕਿ ਤੁਹਾਨੂੰ ਬਲੋਗ ਦੇਖ ਕੇ ਮਜ਼ਾ ਆਇਆ ਹੋਊਗਾ ਗੋਪਰ ਵਾਲੇ ਸ਼ੋਰਟਸ ਪਰ ਨਹੀਂ ਕਿੱਦਾਂ ਦੇ ਆਏ ਹੋਣਗੇ ਬਾਕੀ ਦੇ ਪਿੱਛੇ ਦੇਖ ਹੀ ਲਏ ਆ ਤਾਂ ਲਾਈਕ ਕਮੈਂਟ ਸ਼ੁਰੂ ਕਰਿਓ ਕਮੈਂਟ ਵਧੀਆ ਵਧੀਆ ਕਰਿਓ ਮੈਨੂੰ ਪਤਾ ਸੀ ਕਿੱਦਾਂ ਦੇ ਕਮੈਂਟ ਕਰਨੇ ਸੋ ਬੀਚ ਦੇ ਮਾਹੌਲ ਇੱਥੇ ਹੁੰਦਾ ਹੀ ਆ ਇਹ ਤਾਂ ਕਲਚਰ ਆ ਇੱਥੇ ਦਾ ਤੇ ਵਧੀਆ ਕਰਿਓ ਕਮੈਂਟ ਸਮਝ ਗਏ ਨਾ ਸਮਝ ਗਏ ਹਾਂ ਬਸ ਸਮਝ ਗਏ ਹੁਣ ਕਾਰ ਚੱਕ ਕੇ ਆਪਾਂ ਕੱਪੜੇ ਵਗੈਰਾ ਚੇਂਜ ਕਰ ਲਏ ਹੋਏ ਆ ਜੀ ਅਤੇ ਧੁੱਪ ਫਿਰ ਆ ਗਈ ਆ ਸੋ ਤਾਂ ਕਰਕੇ ਚਸ਼ਮੇ ਲਾ ਲਏ ਹੋਏ ਆ ਕਾਲੇ ਚਸ਼ਮੇ ਕਿਉਂਕਿ ਧੁੱਪ ਬਹੁਤ ਜ਼ਿਆਦਾ ਤੇਜ਼ ਆ ਹੁਣ ਆਪਾਂ ਚੱਲਦੇ ਹਾਂ ਅਗਲੀ ਸਾਈਡ ਘੁੰਮਦੇ ਫਿਰਦੇ ਹਾਂ ਭੁੱਖ ਵੀ ਲੱਗ ਗਈ ਹੋਈ ਹੈ ਅਤੇ ਕੁਛ ਖਾਣੇ ਪੀਂਦੇ ਹਾਂ ਅੱਜ ਫੁੱਲ ਨਜ਼ਾਰਾ ਆ ਯਾਰ ਬੀਚ 'ਤੇ ਅਤੇ ਤੁਹਾਨੂੰ ਦੇਖ ਕੇ ਵਲੋਗ ਕਿੱਦਾਂ ਲੱਗ ਰਿਹਾ ਵਧੀਆ ਲੱਗ ਰਿਹਾ ਕਿ ਨਹੀਂ ਲੱਗ ਰਿਹਾ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਇੱਧਰ ਹੁਣ ਕੱਪੜੇ ਚੇਂਜ ਹੋ ਰਹੇ ਆ ਅਤੇ ਗੱਡੀ ਸਾਡੀ ਰੇਤ ਨਾਲ ਭਰ ਗਈ ਉਹ ਦੇਖੋ ਮਿੱਟੀ ਮਿੱਟੀ ਹੋ ਗਈ ਕਈ ਓਜ਼ੀਜ਼ ਤਾਂ ਸਵੇਰੇ ਸਵੇਰੇ ਆ ਜਾਂਦੇ ਅਤੇ ਸ਼ਾਮ ਤੱਕ ਬੀਚ 'ਤੇ ਹੀ ਬੈਠੇ ਰਹਿੰਦੇ ਆ ਪਰ ਬੀਂਗ ਆ ਪੰਜਾਬੀ 2-3 ਘੰਟੇ ਇਨਫ ਆ ਮਤਲਬ ਕਿ ਯਾਰ ਦੇਖੋ ਮੈਂ ਆਪਣੀ ਗੱਲ ਦੱਸਣੀ ਕਿ ਪੰਜਾਬੀਆਂ ਨੂੰ ਜ਼ਿਆਦਾ ਬੀਚ 'ਤੇ ਰਹਿਣਾ ਜ਼ਿਆਦਾ ਪਸੰਦ ਨਹੀਂ ਆ ਸੋ 2-3 ਘੰਟੇ ਇਨਫ ਆ ਆਓ ਥੋੜ੍ਹਾ ਬਹੁਤ ਇੰਜੋਏ ਕਰੋ ਨਾ ਉਤੋਂ ਅਤੇ ਆ ਜਾਓ ਸਾਰਾ ਸਾਰਾ ਦਿਨ ਨਹੀਂ ਬਹਿ ਸਕਦੇ ਮੈਂ ਬਾਕੀ ਤੁਸੀਂ ਹਰ ਇੱਕ ਦਾ ਆਪਣਾ ਆਪਣਾ ਹਿਸਾਬ ਆ ਅਤੇ ਕਰ ਵੈਨ ਓਏ ਹੋਏ ਹੋਏ ਸਾਰਾ ਦਿਨ ਯਾਰ ਨਹਾ ਵੀ ਨਹੀਂ ਹੁੰਦਾ ਕਿਉਂਕਿ ਦੇਖੋ ਅੱਖਾਂ ਹੁਣ ਅੱਖਾਂ ਖੁੱਲੀਆਂ ਬਟ ਹਜੇ ਕੰਨਾਂ ਦੇ ਵਿੱਚੋਂ ਰੇਤ ਨਿਕਲ ਰਹੀ ਹੈ ਥੋੜ੍ਹੀ ਥੋੜ੍ਹੀ ਉਹੀ ਤੇ ਨਾਲੇ ਪਾਣੀ ਪਾਣੀ ਬਹੁਤ ਜ਼ਿਆਦਾ ਸੋਲਟੀ ਹੈ ਯਾਰ ਉਹ ਅੰਦਰ ਜਾਂਦਾ ਮੂੰਹ ਦੇ ਤੇ ਘਬਰਾਹਟ ਹਜੇ ਤੱਕ ਸੋਲਟ ਦਾ ਟੇਸਟ ਆ ਰਿਹਾ ਸੋਲਟ ਦਾ ਟੇਸਟ ਹੋਰ ਵੀ ਅਜੇ ਦਾਲ 'ਚ ਲੂਣ ਪਾਉਣ ਦੀ ਲੋੜ ਨਹੀਂ ਪੈਣੀ ਘਰੇ ਕਿਉਂਕਿ ਅੰਦਰ ਆਲਰੇਡੀ ਬੜਾ ਸੋਲਟ ਜਾ ਚੁੱਕਿਆ ਵਾ ਹੁਣ ਅਸੀਂ ਇੱਧਰ ਬੀਚ ਸਾਈਡ ਥੋੜ੍ਹੀ ਜਿਹੀ ਵੋਕ ਕਰਨ ਆਏ ਹਾਂ ਜੀ ਇੱਧਰ ਕਾਫੀ ਲੋਕ ਸਾਨੂੰ ਦੇਖ ਰਹੇ ਆ ਜਿਹੜੇ ਵੋਕ ਕਰ ਰਹੇ ਜੋਗਿੰਗ ਕਰ ਰਹੇ ਸਾਈਕਲਿੰਗ ਕਰ ਰਹੇ ਆ ਇੱਥੇ ਇੱਕ ਮੈਨੂੰ ਬੜੀ ਵਧੀਆ ਚੀਜ਼ ਲੱਗੀ ਯਾਰ ਕਿ ਆ ਬੀਚ ਦੇ ਲਾਗੇ ਇੱਕ ਪੂਲ ਵੀ ਬਣਾਇਆ ਹੋਇਆ ਵਾ ਜਿਨ੍ਹਾਂ ਨੂੰ ਬੀਚ ਦੇ ਅੰਦਰ ਜਾਣ 'ਚ ਡਰ ਲੱਗਦਾ ਵਾ ਉਹ ਇਸ ਪੂਲ ਦੇ ਵਿੱਚ ਨਹਾ ਸਕਦੇ ਨੇ ਸੋ ਆਹ ਸਹੀ ਚੀਜ਼ ਹੈ ਯਾਰ ਜਿਨ੍ਹਾਂ ਨੇ ਰਿਸਕ ਨਹੀਂ ਲੈਣਾ ਬੀਚ ਦੇ ਅੰਦਰ ਜਾਣ ਦਾ ਉਹ ਇੱਧਰ ਪੂਲ ਦੇ ਵਿੱਚ ਆਪਣਾ ਇੰਜੋਏ ਕਰ ਸਕਦੇ ਆ ਇਹ ਗੁੱਡ ਚੀਜ਼ ਆ ਆਹ ਸਪੋਟ ਹੈ ਨਾ ਸਾਊਥ ਸਾਈਡ ਵਾਲਾ ਇਹ ਉੱਥੇ ਪਾਰਕਿੰਗਾਂ ਲਾ ਕੇ ਸਾਰੇ ਇੱਥੇ ਪਿਕਨਿਕ ਮਨਾਉਂਦੇ ਆ ਆਹ ਦੇਖ ਲਓ ਮੈਨੂੰ ਬੜੀ ਵਧੀਆ ਲੱਗਦੀ ਚੀਜ਼ ਪਿਕਨਿਕ ਜਿਹਨੂੰ ਪਿਕਨਿਕ ਮਨਾਉਣੀ ਪਸੰਦ ਆ ਨਾ ਬਿਲਕੁਲ ਆਪਣੀ ਫੈਮਿਲੀਜ਼ ਨਾਲ ਆ ਕੇ ਆਪਣੇ ਫਰੈਂਡਸ ਨਾਲ ਆ ਕੇ ਇੱਥੇ ਆ ਦੇਖੋ ਬੈਠੇ ਲੋਕੀ ਪਿਕਨਿਕ ਮਨਾ ਰਹੇ ਆ ਪਿਕਨਿਕ ਸਪੋਟ ਹੈ ਇੱਕ ਤਰ੍ਹਾਂ ਦਾ ਇਹ ਸੋ ਵਧੀਆ ਵਾ ਸੋ ਆਪਾਂ ਬਸ ਵੋਕ ਕਰਦੇ ਜਾ ਰਹੇ ਹਾਂ ਅਤੇ ਭੁੱਖ ਵੀ ਲੱਗ ਚੁੱਕੀ ਭੁੱਖ ਲੱਗ ਚੁੱਕੀ ਆ ਕੁਛ ਅਤੇ ਹੁਣ ਆਪਾਂ ਕੁਛ ਹੈਵੀ ਖਾਂਦੇ ਕੁਛ ਜਿੰਨਾ ਢਿੱਡ ਭਰੇ ਭਰੇ ਕਿਉਂਕਿ ਭੁੱਖ ਲੱਗੀ ਪਾਣੀ ਦੇ ਵਿੱਚ ਯਾਰ ਬੀਚ ਤੋਂ ਬਾਅਦ ਬਹੁਤ ਭੁੱਖ ਲੱਗਦੀ ਹੈ ਆ ਦੇਖਿਓ ਬੱਚੇ ਕਿੰਨੇ ਕਿਉਂ ਪੀ ਰਹੇ ਅੱਖਾਂ ਕਿੰਨੇ ਸੋਹਣੀਆਂ ਨਾ ਉਹਦੀਆਂ ਇੱਧਰ ਵੇਖਿਓ ਸਰਫਿੰਗ ਦਾ ਸਮਾਨ ਇੱਧਰ ਆ ਇੱਕ ਬਹੁਤ ਹੀ ਮੈਂ ਬਹੁਤ ਹੀ ਮੈਂ ਵਧੀਆ ਤੁਹਾਨੂੰ ਚੀਜ਼ ਕਹਿ ਦੱਸਣਾ ਚਾਹੁੰਦਾ ਹਾਂਜੀ ਇੱਕ ਕਨੋਲਾ ਬੀਚ ਦੇ ਦੂਰ ਆ ਉਹਦੇ ਤੇ ਹੁਣ ਅਸੀਂ ਹੈ ਸਾਡੇ ਕੋਲ ਹੀ ਆ ਬਟ ਉਹਦੇ ਤੇ ਅਗਲਾ ਵਲੌਗ ਬਣਾਵਾਂਗੇ ਇੱਕ ਸਪੈਸ਼ਲ ਉੱਥੇ ਕਰਨਲ ਸਾਈਡ ਆ ਉੱਥੇ ਕਰਨਲ ਤੁਹਾਨੂੰ ਸਾਈਡ ਦਿਖਾਵਾਂਗੇ ਅਤੇ ਉੱਥੇ ਸਪੈਸ਼ਲ ਇੱਕ ਕਰਨਲ ਡੌਗ ਬੀਚ ਬਣਿਆ
ਓਕੇ ਸਿਰਫ ਡੌਗਸ ਦਾ ਡੌਗਸ ਦਾ ਬੀਚ ਦੇਖ ਲਓ ਇੱਥੇ ਇੱਕ ਹਾਂ ਵੀਰੇ ਦੱਸ ਰਿਹਾ ਕਾਫੀ ਦਿਨਾਂ ਤੋਂ ਕਿ ਇੱਥੇ ਸਿਰਫ ਇੱਕ ਡੌਗ ਬੀਚ ਵੀ ਹੈਗਾ ਜਿੱਥੇ ਸਿਰਫ ਕੁੱਤੇ ਹੁੰਦੇ ਆ ਹਾਂ ਬਸ ਕੁੱਤਿਆਂ ਦਾ ਹੀ ਬੀਚ ਆ ਕੁੱਤਿਆਂ ਦਾ ਬੀਚ ਬਣਾਇਆ ਹੋਇਆ ਦੇਖ ਲਓ ਯਾਰ ਕਿੰਨੀ ਦੇਖੋ ਕੁੱਤਿਆਂ ਨੂੰ ਵੀ ਹਿਊਮਨ ਵਾਂਗੂ ਟ੍ਰੀਟ ਕਰਦੇ ਆ ਵਧੀਆ ਚੀਜ਼ ਹੈ ਨਾ ਇਹ ਬਹੁਤ ਵਧੀਆ ਲੱਗਦੀ ਹੈ ਇੱਧਰ ਆ ਦੇਖੋ ਸਾਰੀ ਪਾਰਟੀ ਸ਼ਾਰਟੀ ਚੱਲ ਰਹੀ ਹੈ ਜੀ ਉੱਪਰ ਤੇ ਚੱਲ ਰਹੀ ਹੈ ਇਹ ਕਲਬਿਕਟ ਆਲ ਮੈਮੋਰੀਅਲ ਕਲੱਬ ਹੈ ਉਹ ਉਪਰਾ ਮੈਮੋਰੀਅਲ ਕਨੋਲਾ ਮੈਮੋਰੀਅਲ ਕਲੱਬ ਹੁਣ ਬਸ ਆਪਾਂ ਖਾਣ ਪੀਣ ਜਾ ਰਹੇ ਹਾਂ ਜੀ ਪੀਜ਼ਾ ਖਾਵਾਂਗੇ ਆਪਾਂ ਜਾਂ ਫਿਰ ਕਬਾਬ ਅਤੇ ਇੱਥੇ ਇੱਕ ਸਾਨੂੰ ਸਟਰੀਟ ਮਿਲੀ ਆ ਇੱਥੇ ਯਾਰ ਗ੍ਰਾਫਟੀ ਦੇਖੋ ਕਿੰਨੀ ਸੋਹਣੀ ਹੋਈ ਆ ਇੱਧਰਲੀ ਸਾਈਡ ਅਤੇ ਅਗਲੀ ਸਾਈਡ ਤੁਹਾਨੂੰ ਦਿਖਾਉਂਦੇ ਸਪੈਸ਼ਲ ਆਪਾਂ ਗੱਡੀ ਰੋਕ ਕੇ ਮੈਂ ਕਿਹਾ ਆਹ ਯਾਰ ਵਲੋਗ ਦੇ ਵਿੱਚ ਲੈ ਕੇ ਆਉਣਾ ਚਾਹੀਦਾ ਕਿਉਂਕਿ ਯਾਰ ਇੱਥੇ ਗ੍ਰਾਫਟੀ ਬੜੀ ਸੋਹਣੀ ਹੈ ਅਤੇ ਗ੍ਰਾਫਟੀ ਪਰਸਨਲੀ ਮੈਨੂੰ ਬਹੁਤ ਜ਼ਿਆਦਾ ਪਸੰਦ ਆ ਇੱਧਰ ਬਲੈਕ ਰੇਂਜ ਉਹ ਦੇਖੋ ਉੱਪਰ ਕਿੰਨੀ ਸੋਹਣੀ ਆ ਆਹ ਦੇਖਿਓ ਲੱਗੇ ਤਾਂ ਕਰਕੇ ਦੇਖ ਲੋ ਦੇਖਿਓ ਕਮੈਂਟ ਕਰਕੇ ਦੱਸਿਓ ਕਿਹਨੇ ਕਿਹਨੇ ਗ੍ਰਾਫਿਟੀ ਪਸੰਦ ਆ ਅਤੇ ਬਸ ਸਨ ਵੀ ਸੈੱਟ ਹੋਣ ਵਾਲਾ ਬਸ 7:30 ਹੋ ਗਿਆ ਸ਼ਾਮ ਦੇ ਅਤੇ ਹੁਣ ਆਪਾਂ ਬਸ ਕੁਛ ਖਾਣ ਪੀਣ ਜਾ ਰਹੇ ਸੀ ਅਤੇ ਰਸਤੇ 'ਚ ਸਾਨੂੰ ਆਹ ਗ੍ਰਾਫਿਟੀ ਦੇਖ ਗਈ ਤਾਂ ਕਰਕੇ ਆਪਾਂ ਫਿਰ ਰੋਕ ਗਏ ਵਧੀਆ ਇੱਧਰਲੀ ਸਾਈਡ ਦੇਖੋ ਕਿੰਨੀ ਵਧੀਆ ਕੈਫੇ ਔਨ ਕਿੰਗਜ਼ਵੇ ਇਹਦੇ ਹੀ ਸਾਹਮਣੇ ਜਾਣਾ ਆਪਾਂ ਉੱਧਰਲੀ ਸਾਈਡ ਜਾਣਾ ਆਪਾਂ ਹੈ ਨਾ ਚਲੋ ਆਓ ਅੱਜ ਤੇ ਯਾਰ ਕੱਪੜੇ ਹੈ ਨਹੀਂ ਆ ਇੱਥੇ ਫੋਟੋ ਖਿਚਾਉਣ ਵਾਸਤੇ ਵੈਸੇ ਲੋਕੇਸ਼ਨ ਸ਼ੂਟ ਕਰੀਏ ਸ਼ੂਟ ਕਰੀਏ ਉਹ ਬਹੁਤ ਵਧੀਆ ਲੋਕੇਸ਼ਨ ਆ ਸੋ ਕਿਸੇ ਹੋਰ ਦਿਨ ਆਵਾਂਗੇ ਰੈਡੀ ਸ਼ੈਡੀ ਹੋ ਕੇ ਪੱਕ ਪੁੱਕ ਬਣ ਕੇ ਟੋਰ ਪੂਰੀ ਕੱਟ ਕੇ ਤੋਂ ਬਾਅਦ ਭੁੱਖ ਲੱਗਦੀ ਹੈ ਨਾ ਬੜੀ ਗੰਦੀ ਸਹੀ ਗੱਲ ਬੜੀ ਗੰਦੀ ਭੁੱਖ ਹੁੰਦੀ ਕੰਟਰੋਲ ਹੀ ਨਹੀਂ ਹੁੰਦਾ ਯਾਰ ਬਿਲਕੁਲ ਵੀ ਬੜੀ ਮੁਸ਼ਕਿਲ ਪਰ ਲੋਕੇਸ਼ਨ ਵੇਖ ਕੇ ਆਪਾਂ ਥੋੜਾ ਜਿਹਾ ਕੰਟਰੋਲ ਕਰ ਲਿਆ ਸੀ ਆਪਾਂ ਗੱਡੀ ਲੈ ਕੇ ਚੱਲਦੇ ਗੱਡੀ ਲੈ ਕੇ ਚੱਲਦੇ ਆ ਆਪਾਂ ਉਧਰਲੀ ਸਾਈਡ ਜਾਣਾ ਵਾ ਆ ਤੁਸੀਂ ਦੇਖੋ ਯਾਰ ਕਿੰਨੀ ਸੋਹਣੀ ਗ੍ਰਾਫਿਟੀ ਬਣੀ ਹੋਈ ਆ ਚਲੋ ਜਿਹੜੇ ਬੰਦੇ ਨੇ ਕੀਤੀ ਆ ਸਲੂਟ ਤਾਂ ਉਹਨੂੰ ਆ ਬਿਲਕੁਲ ਆ ਦੇਖ ਲਓ ਇੱਕ ਆਹ ਸਟਰੀਟ ਵੀ ਦਿਖਾਉਂਦਾ ਤੁਹਾਨੂੰ ਆ ਦੇਖਿਓ ਇੱਧਰ ਆਪਾਂ ਫਿਰ ਕਿਸੇ ਦਿਨ ਆਵਾਂਗੇ ਸਪੈਸ਼ਲ ਵਲੌਗ ਬਣਾਉਣ ਵਾਸਤੇ ਆਹ ਤਾਂ ਯਾਰ ਸਾਰਾ ਏਰੀਆ ਹੀ ਗ੍ਰਾਫਿਟੀ ਨਾਲ ਭਰਿਆ ਹੋਇਆ ਹੁਣ ਭੁੱਖ ਬਹੁਤ ਲੱਗ ਰਹੀ ਆ ਹੁਣ ਚੱਲੀਏ ਤੇ ਗਾਈਸ ਹੁਣ ਅਸੀਂ ਆਏ ਜੀ ਇੱਧਰ ਕਬਾਬ ਖਾਣ ਵਾਸਤੇ ਪਹਿਲਾਂ ਸਾਡਾ ਪੀਜ਼ੇ ਦਾ ਪਲਾਨ ਸੀ ਪਰ ਵੀਰਾ ਕਹਿੰਦੇ ਉੱਥੇ ਕਬਾਬ ਬੜੇ ਵਧੀਆ ਮਿਲਦੇ ਸੋ ਹੁਣ ਉਹ ਖਾਂਦੇ ਹਾਂ ਅਤੇ ਨਾਲ ਬਕਲਾਵਾ ਇਹ ਤਾਂ ਮੇਰੀ ਫੇਵਰੇਟ ਸਵੀਟ ਡਿਸ਼ ਆ ਆਹ ਸਾਰੀਆਂ ਸੋਸਾਂ ਪਾਈਆਂ ਨੇ ਆਪਣੇ ਹਿਸਾਬ ਨਾਲ ਤੁਸੀਂ ਘਟਾ ਸਕਦੇ ਹੋ ਪਵਾ ਸਕਦੇ ਹੋ ਸੋ ਹੁਣ ਆਪਾਂ ਆਪਣੀ ਮੀਲ ਇੰਜੋਏ ਕਰੀਏ ਖਾਈਏ ਪੀਏ ਅਤੇ ਫਿਰ ਤੁਹਾਨੂੰ ਮਿਲਦੇ ਆ ਸਮੈਲ ਬਹੁਤ ਵਧੀਆ ਆ ਰਹੀ ਲਾਗੇ ਬੈਠੇ ਹਾਂ ਬਾਹਰੀ ਸੁਣ ਖਾ ਕੇ ਫਿਰ ਮਿਲਦੇ ਤੁਹਾਨੂੰ ਕਬਾਬ ਕਾਫੀ ਟੇਸਟੀ ਸੀ ਅਤੇ ਨਾਲ ਬਕਲਾਵਾ ਅਤੇ ਅੱਜ ਦੇ ਵਲੋਗ ਨੂੰ ਆਪਾਂ ਇੱਥੇ ਤੁਹਾਨੂੰ ਕਰਦੇ ਹਾਂ ਹੋਪ ਕਰਦੇ ਤੁਹਾਨੂੰ ਵਲੋਗ ਵਧੀਆ ਲੱਗਾ ਜੇ ਵਧੀਆ ਲੱਗਾ ਤਾਂ ਲਾਈਕ ਮੈਂ ਵੀ ਕਰ ਦਿਓ ਬੀਚ ਵਾਲੇ ਵਲੋਗ ਹੋਰ ਆਉਣ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਮਿਲਦੇ ਤੁਹਾਨੂੰ ਵਲੋਗ 'ਚ ਟਿਲ ਦੈਨ ਬਾਏ ਬਾਏ ਟੇਕ ਕੇਅਰ ਹੁਣ ਵਾਰੀ ਹੈ ਜੀ ਘਰ ਜਾਣ ਦੀ ਰੱਬ ਰੱਖ